ਸੁਪਰਸਟਾਰਸ ਜੇਕਰ ਫੈਸ਼ਨ ਦੇ ਮਾਮਲੇ ਵਿੱਚ ਨੇ ਸਭ ਤੋਂ ਅੱਗੇ, ਤਾਂ ਸਾਡੇ ਇੰਡੀਅਨ ਕ੍ਰਿਕਟਰਸ ਵੀ ਫੈਸ਼ਨ ਦੇ ਮਾਮਲੇ ਵਿੱਚ ਕਰਦੇ ਨੇ ਸਭ ਨੂੰ ਕਲੀਨ ਬੋਲਡ। ਅੱਜ ਫੈਸ਼ਨ ਫੀਵਰ ਵਿੱਚ ਗੱਲ ਕਰਾਂਗੇ ਯੰਗ ਕ੍ਰਿਕਟਰ ਹਾਰਦਿਕ ਪਾਂਡਿਆ ਦੇ ਸਟਾਈਲ ਸਟੇਟਮੈਂਟ ਦੀ। ਵੈਨ ਇਟ ਕਮਸ ਟੂ ਫੈਸ਼ਨ, ਹਾਰਦਿਕ ਪਾਂਡਿਆ ਇਜ਼ ਸੌਰਟਿਡ। ਕ੍ਰਿਕਟ ਦੇ ਇਲਾਵਾ ਜੇਕਰ ਹਾਰਦਿਕ ਕਿਸੇ ਚੀਜ਼ ਨੂੰ ਲੈ ਕੇ ਪੈਸ਼ਨੇਟ ਨੇ ਤਾਂ ਉਹ ਹੈ ਫੈਸ਼ਨ। ਹਾਰਦਿਕ ਪਾਂਡਿਆ ਦਾ ਫੈਸ਼ਨ ਸੈਂਸ ਕਾਫੀ ਯੂਨੀਕ ਤਾਂ ਹੈ ਹੀ, ਇਸ ਦੇ ਨਾਲ ਨਾਲ ਹੈ ਕਾਫੀ ਜ਼ਿਆਦਾ ਐਕਸਪੈਂਸਿਵ। ਹਾਰਦਿਕ ਪਾਂਡਿਆ ਨੂੰ ਮਹਿੰਗੇ ਬ੍ਰਾਂਡਸ ਪਾਉਣ ਦਾ ਸ਼ੌਂਕ ਹੈ, ਤੇ ਇਸ ਗੱਲ ਦਾ ਖੁਲਾਸਾ ਉਹ ਆਪਣੇ ਕਈ ਸਾਰੇ ਇੰਟਰਵਿਊਜ਼ ਵਿੱਚ ਕਰ ਚੁੱਕੇ ਨੇ। ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਕਈ ਵਾਰ ਅਜੀਬੋ ਗਰੀਬ ਡਰੈਸ ਵਿੱਚ ਸਪੋਟ ਕੀਤਾ ਜਾਂਦਾ ਹੈ। ਵੈਸੇ ਉਹਨਾਂ ਦੇ ਇਸ ਵੀਅਰਡ ਫੈਸ਼ਨ ਸੈਂਸ ਦੀ ਝਲਕ ਸਾਨੂੰ ਲੈਕਮੇ ਫੈਸ਼ਨ ਵੀਕ 2019 ਦੇ ਰੈਂਪ ਤੇ ਵੀ ਦੇਖਣ ਨੂੰ ਮਿਲੀ, ਜਿੱਥੇ ਉਹ ਮਹਿਰੂਨ ਕਲਰ ਦੇ ਜੰਪਰ ਵਿੱਚ ਰਨਵੇ ਤੇ ਨਜ਼ਰ ਆਏ। ਕ੍ਰਿਕਟ ਦੇ ਮੈਦਾਨ ਦੇ ਬਾਹਰ ਪਾਂਡਿਆ ਦੀ ਲਾਈਫ ਕਾਫੀ ਰੰਗ ਬਿਰੰਗੀ ਹੈ, ਯਾਨੀ ਕਿ ਉਹਨਾਂ ਦੇ ਆਊਟਫਿਟ ਵਿੱਚ ਸਾਨੂੰ ਕਈ ਸਾਰੇ ਕਲਰਸ ਦੇਖਣ ਨੂੰ ਮਿਲਦੇ ਨੇ। ਖਾਸ ਕਰਕੇ ਉਹਨਾਂ ਦੀਆਂ ਮੋਨੋਕ੍ਰੋਮ ਸ਼ਰਟਸ ਅੱਜ ਕੱਲ ਫੈਸ਼ਨ ਟ੍ਰੈਂਡ ਬਣ ਗਈਆਂ ਨੇ। ਹਾਰਦਿਕ ਪਾਂਡਿਆ ਫੈਸ਼ਨ ਦੇ ਮਾਮਲੇ ਵਿੱਚ ਕਾਫੀ ਐਕਸਪੈਰੀਮੈਂਟਲ ਨੇ। ਸ਼ੁਰੂਆਤ ਕਰਦੇ ਹਾਂ ਹਾਰਦਿਕ ਦੀ ਕਲੋਦਿੰਗ ਤੋਂ। ਹਾਰਦਿਕ ਪਾਂਡਿਆ ਨੇ ਪਜਾਮਾ ਸੂਟਸ ਦੇ ਫੈਸ਼ਨ ਨੂੰ ਇੱਕ ਸਟਾਈਲ ਸਟੇਟਮੈਂਟ ਬਣਾ ਦਿੱਤਾ ਹੈ। ਹਾਰਦਿਕ ਦੇ ਪਜਾਮਾ ਸੂਟਸ ਨਾ ਸਿਰਫ ਐਕਸਪੈਂਸਿਵ ਨੇ, ਬਲਕਿ ਉਹਨਾਂ ਨੂੰ ਇੱਕ ਡੈਪਰ ਲੁੱਕ ਵੀ ਦਿੰਦੇ ਨੇ। ਹੁਣ ਹਾਰਦਿਕ ਦੇ ਇਸ ਬਲੈਕ ਪਜਾਮਾ ਸੂਟ ਨੂੰ ਹੀ ਦੇਖ ਲਓ, ਇਸ ਦੀ ਪ੍ਰਾਈਸ ਹੈ 1.5 ਲੱਖ ਰੁਪਏ। ਹਾਰਦਿਕ ਪਾਂਡਿਆ ਨੂੰ ਰੀਸੈਂਟਲੀ ਉਹਨਾਂ ਦੀ ਫਿਓਂਸੇ ਨਤਾਸ਼ਾ ਦੇ ਨਾਲ ਸਪੋਟ ਕੀਤਾ ਗਿਆ। ਇੱਥੇ ਹਾਰਦਿਕ ਬਲੈਕ ਕਲਰ ਦੇ ਟਰੈਕ ਸੂਟ ਵਿੱਚ ਨਜ਼ਰ ਆਏ। ਹਾਰਦਿਕ ਦੇ ਇਸ ਟਰੈਕ ਸੂਟ ਦੀ ਪ੍ਰਾਈਸ ਤੁਹਾਨੂੰ ਸ਼ੌਕ ਕਰ ਸਕਦੀ ਹੈ। ਹਾਰਦਿਕ ਦੇ ਇਸ ਬਲੈਕ ਕ੍ਰੋਕੋਡਾਈਲ ਟਰੈਕ ਸੂਟ ਦੀ ਪ੍ਰਾਈਸ ਹੈ 3.5 ਲੱਖ ਰੁਪਏ। ਵੈਸੇ ਹਾਰਦਿਕ ਪਾਂਡਿਆ ਸਵੈਟ ਸ਼ਰਟਸ ਦੇ ਵੀ ਕਾਫੀ ਸ਼ੌਕੀਨ ਨੇ। ਵਰਸਾਚੇ ਬ੍ਰਾਂਡ ਦੀ ਉਹਨਾਂ ਦੀ ਬਲੈਕ ਸਵੈਟ ਸ਼ਰਟ ਦੀ ਪ੍ਰਾਈਸ ਹੈ 42,000 ਰੁਪੀਜ਼। ਇੱਕ ਕੈਜੂਅਲ ਡਿਨਰ ਤੇ ਜਾਣ ਲਈ ਹਾਰਦਿਕ ਪਾਂਡਿਆ ਨੇ ਚੂਜ਼ ਕੀਤੀ ਬਲੈਕ ਪ੍ਰਿੰਟਡ ਸ਼ਰਟ। ਲੂ ਵਿਟੋਨ ਪੈਰਿਸ ਦੀ ਸ਼ਰਟ ਦੀ ਪ੍ਰਾਈਸ ਹੈ ਮੋਰ ਦੈਨ 1 ਲੱਖ। ਹਾਰਦਿਕ ਪਾਂਡਿਆ ਦੇ ਸਨੀਕਰਸ ਉਹਨਾਂ ਦੇ ਸਟਾਈਲ ਸਟੇਟਮੈਂਟ ਦਾ ਹਿੱਸਾ ਨੇ। ਹੁਣ ਉਹਨਾਂ ਦੇ ਇਸ ਵਾਈਟ ਪੇਅਰ ਆਫ ਸਨੀਕਰਸ ਨੂੰ ਹੀ ਦੇਖ ਲੋ। ਵਰਸਾਚੀ ਬ੍ਰਾਂਡ ਦੇ ਇਹਨਾਂ ਸ਼ੂਜ਼ ਦੀ ਪ੍ਰਾਈਸ ਹੈ 1.5 ਲੱਖ ਤੋਂ ਵੀ ਜ਼ਿਆਦਾ। ਇਹ ਹਾਈ ਟੌਪ ਸਨੀਕਰਸ ਹਾਰਦਿਕ ਪਾਂਡਿਆ ਦੇ ਫੇਵਰੇਟ ਪੇਅਰ ਆਫ ਸ਼ੂਜ਼ ਵਿੱਚੋਂ ਇੱਕ ਨੇ, ਜਿਨ੍ਹਾਂ ਨੂੰ ਕਿ ਉਹ ਅਕਸਰ ਵੀਅਰ ਕਰਦੇ ਨੇ। ਹਾਰਦਿਕ ਪਾਂਡਿਆ ਆਪਣੇ ਲੈਵਿਸ਼ ਲਾਈਫ ਸਟਾਈਲ ਲਈ ਫੇਮਸ ਨੇ। ਹਾਰਦਿਕ ਪਾਂਡਿਆ ਨੂੰ ਰਿਸਟ ਵਾਚਿਸ ਦਾ ਵੀ ਕਾਫੀ ਜ਼ਿਆਦਾ ਸ਼ੌਂਕ ਹੈ। ਅਕਸਰ ਉਹਨਾਂ ਨੂੰ ਆਪਣੀਆਂ ਐਕਸਪੈਂਸਿਵ ਵਾਚਿਸ ਨੂੰ ਫਲੌਂਟ ਕਰਦੇ ਹੋਏ ਦੇਖਿਆ ਜਾਂਦਾ ਹੈ। ਉਹਨਾਂ ਦੀ ਇਹ ਗੋਲਡਨ ਰਿਸਟ ਵਾਚ ਅਕਸਰ ਚਰਚਾ ਵਿੱਚ ਰਹਿੰਦੀ ਹੈ। ਹਾਰਦਿਕ ਪਾਂਡਿਆ ਦੀ ਇਸ ਰਿਸਟ ਵਾਚ ਦੀ ਪ੍ਰਾਈਸ ਹੈ 80 ਲੱਖ ਰੁਪੀਜ਼। ਮਹਿੰਗੇ ਫੈਸ਼ਨ ਦੇ ਇਲਾਵਾ ਹਾਰਦਿਕ ਪਾਂਡਿਆ ਮਹਿੰਗੀਆਂ ਕਾਰਾਂ ਦਾ ਵੀ ਸ਼ੌਂਕ ਰੱਖਦੇ ਨੇ। ਉਹਨਾਂ ਦੀ ਕਲੈਕਸ਼ਨ ਵਿੱਚ ਰੇਂਜ ਰੋਵਰ ਤੋਂ ਲੈ ਕੇ ਲੈਂਬੋਰਗਿਨੀ ਜਿਹੀਆਂ ਲਗਜ਼ਰੀ ਕਾਰ ਸ਼ਾਮਿਲ ਨੇ। ਵੈਲ, ਅੱਜ ਫੈਸ਼ਨ ਫੀਵਰ ਵਿੱਚ ਅਸੀਂ ਗੱਲ ਕੀਤੀ ਹਾਰਦਿਕ ਪਾਂਡਿਆ ਦੇ ਫੈਸ਼ਨ ਦੀ। ਫਿਰ ਮਿਲਾਂਗੇ ਫੈਸ਼ਨ ਫੀਵਰ ਦੇ ਇੱਕ ਹੋਰ ਬ੍ਰਾਂਡ ਨਿਊ ਐਪੀਸੋਡ ਦੇ ਨਾਲ।